ਜਗਰਾਓਂ ਵਿਖੇ ਸਨਮਤੀ ਮਾਤਰੀ ਸੇਵਾ ਹਾਲ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਗਰਾਓਂ ਦੇ SSP ਚਰਨਜੀਤ ਸਿੰਘ ਸੋਹਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਾਹਿਬਾਨ ਜਗਰਾਓਂ ਦੇ SSP ਤੋਂ ਲੈ ਕੇ ਨਿਚਲੇ ਰੈਂਕ ਦੇ ਸਾਰੇ ਮੌਜੂਦ ਸੀਗੇ, ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਅਤੇ ਇਸ ਤਿਆਰੀ ਵਗੈਰਾ ਕਰਾਈ ਅਤੇ ਕੀ ਕਹਿਣਾ ਚਾਹੋਗੇ ਸਰ? ਅੱਜ ਇੱਕੋ ਹੀ ਜਗ੍ਹਾ 'ਤੇ SHO ਲੈਵਲ ਤੋਂ ਲੈ ਕੇ SSP ਸਾਹਿਬ ਲੈਵਲ ਤੱਕ ਅਫਸਰ ਸਾਹਿਬਾਨ ਪਬਲਿਕ ਦੇ ਰੂਬਰੂ ਹੋਏ। ਮੈਨੂੰ ਇਸ ਗੱਲ ਦਾ ਹੀ ਬੜਾ ਚਾਅ ਸੀਗਾ ਕਿ ਚਲੋ ਮੈਂ ਵਿੱਚ ਸੂਤਰਧਾਰ ਬਣ ਕੇ ਇਹ ਪਬਲਿਕ ਅਤੇ ਪੁਲਿਸ ਨੂੰ ਇਕੱਠਾ ਸਾਹਮਣੇ ਕਰਵਾ ਰਿਹਾ। ਇਹ ਮਾਨਯੋਗ SSP ਸਾਹਿਬ ਦੀ ਪਹਿਲੀ ਪਬਲਿਕ ਮੀਟਿੰਗ ਸੀਗੀ, ਜੇ ਸਾਡੀ ਵੀ ਦਿਲੀ ਖੁਆਇਸ਼ ਸੀ ਕਿ ਜੋ ਵੀ ਪਬਲਿਕ ਦੇ ਮਨਾਂ ਦੇ ਵਿੱਚ ਕੋਈ ਸਵਾਲ ਨੇ ਜਾਂ ਕੋਈ ਕਨਫਿਊਜ਼ਨ ਨੇ ਉਹ ਫਸਟ ਮੀਟਿੰਗ 'ਤੇ ਹੀ ਉਹ ਦੂਰ ਹੋ ਜਾਣ, ਅਤੇ ਮੈਨੂੰ ਬੜਾ ਅੱਛਾ ਲੱਗਿਆ ਮਾਨਯੋਗ SSP ਸਾਹਿਬ ਨੇ ਬਿਲਕੁਲ ਪਬਲਿਕ ਦੇ ਵਿੱਚ ਖੁੱਭ ਕੇ ਜਿਸ ਤਰ੍ਹਾਂ ਕਹਿ ਸਕਦੇ ਹਾਂ ਆਪਣੀ ਗੱਲ ਰੱਖੀ, ਅਤੇ ਪਬਲਿਕ ਨੇ ਵੀ ਖਿੜੇ ਮੱਥੇ ਉਹਨਾਂ ਦੀ ਆਮਦ ਜਗਰਾਓਂ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਕਬੂਲ ਕੀਤੀ ਅਤੇ ਆਸ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਰਾਵਾਂ ਦੇ ਲਈ ਉਹਨਾਂ ਦੀ ਜਿਹੜੀ ਪੋਸਟਿੰਗ ਹੈ ਬੜੀ ਲਾਹੇਵੰਦ ਸਿੱਧ ਹੋਏਗੀ। 21 ਅਕਤੂਬਰ ਦਿਹਾੜੇ ਵਾਲੇ ਪੁਲਿਸ ਕਮਿਸ਼ਨ ਦੇ ਨਾਲ ਮਨਾਇਆ ਜਾਂਦਾ ਹੈ। ਅਸੀਂ ਆਪਣੇ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਦੇਸ਼ ਦੀ ਸੇਵਾ ਕਰਦੇ ਹੋਏ, ਸਮਾਜ ਦੀ ਸੇਵਾ ਕਰਦੇ ਹੋਏ, ਆਪਣੀ ਜਾਨਾਂ ਵਾਰ ਗਏ, ਆਪਣੀ ਯਾਦ ਕਰਦੇ ਹਾਂ। ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਉਹਨਾਂ ਦਾ ਸਨਮਾਨ ਕਰਦੇ ਹਾਂ। ਇਸ ਵਾਰ ਕਿਉਂਕਿ ਕੋਵਿਡ ਦੀ ਚੁਣੌਤੀ ਸਾਡੇ ਸਾਹਮਣੇ ਰਹੀ ਹੈ, ਅਸੀਂ ਉਹਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਸਾਡੇ ਅਫਸਰਾਂ ਨੇ, ਸਾਡੇ SHO ਸੇਵਾ ਨੇ, ਚੌਂਕੀ ਇੰਚਾਰਜਸ ਨੇ, ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਵਿਜ਼ਿਟ ਕੀਤਾ ਹੈ, ਉਹਨਾਂ ਦੇ ਦੁੱਖ ਸੁੱਖ ਪੁੱਛਿਆ ਹੈ, ਉਹਨਾਂ ਦੇ ਨਾਲ ਬੈਠ ਕੇ ਚਾਹ ਪੀਤੀ ਹੈ। ਸਾਡਾ ਇਹ ਮਕਸਦ ਜੋ ਹੈ ਉਹਨਾਂ ਪਰਿਵਾਰਾਂ ਤੱਕ ਪਹੁੰਚਣਾ, ਉਹਨਾਂ ਨਾਲ ਉਹਨਾਂ ਦੀ ਸਾਂਝ ਹੈ, ਸਾਡੀ ਪਰਿਵਾਰਕ ਪੁਲਿਸ ਦੀ ਸਾਂਝ ਹੈ, ਉਹਨੂੰ ਬਣਾ ਕੇ ਰੱਖਣਾ ਹੈ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਸਹਾਈ ਹੋਈਏ, ਇਹੀ ਸਾਡੀ ਹਮੇਸ਼ਾ ਰਹੀ ਹੈ। ਸਾਡੇ DGP ਸਾਹਿਬ ਵੱਲੋਂ 7 ਦਿਨਾਂ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਪਿਛਲੇ 7 ਦਿਨਾਂ ਦੇ ਪ੍ਰੋਗਰਾਮ ਦੇ ਤਹਿਤ ਹੀ ਅੱਜ ਦਾ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਅਸੀਂ ਨਸ਼ੇ ਵਿਰੋਧ ਇੱਕ ਛੋਟਾ ਜਿਹਾ ਪੇਸ਼ਕਾਰੀ ਪੰਜਾਬ ਆਰਟਸ ਵੱਲੋਂ ਦੇਖੀ ਹੈ, ਉੱਥੇ ਵੱਖ ਵੱਖ ਜਿਹੜੀਆਂ ਜਗਰਾਓਂ ਦੀਆਂ NGOs ਨੇ, ਜਥੇਬੰਦੀਆਂ ਨੇ, ਮੋਟਰ ਨੇ, ਉਹਨਾਂ ਨੇ ਇਸ ਪ੍ਰੋਗਰਾਮ ਸ਼ਿਰਕਤ ਕੀਤੀ ਹੈ। ਪੁਲਿਸ ਡਿਪਾਰਟਮੈਂਟ ਵੱਲੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਕੂਲ ਮੈਨੇਜਮੈਂਟ ਹੈ ਜਿੱਥੇ ਉਹਨਾਂ ਨੇ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਸ਼ੌਕ ਨੋਟਿਸ 'ਤੇ ਪ੍ਰੋਗਰਾਮ ਕਰਵਾਇਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।